ਜਰਨੈਲ ਹਰੀ ਸਿੰਘ ਨਲੂਆ ਕਬੱਡੀ ਕੱਪ ਕਹਿੰਦੇ ਅਰਸ਼ ਖੱਖ ਉਹਨਾਂ ਦੀ ਟੀਮ ਦੇ ਵੱਲੋਂ ਪੈਂਦੀ ਹੋਈ ਕਬੱਡੀ ਤੇ ਹੁਣ ਚਾਰ ਦੇ ਚਾਰਾਂ ਦੇ ਪਿੱਛੋਂ ਨੌਜਵਾਨ ਨੇ ਟਰਾਈ ਤੇ ਬੜੀ ਸੋਹਣੀ ਕੀਤੀ ਆ ਪਰੋਖੜੇ ਪੈਰ ਬਚ ਕੇ ਨੌਜਵਾਨ ਸੰਦੀਪ ਸੁਲਤਾਨ ਆਪਣੀ ਟੀਮ ਦੇ ਲਈ ਇੱਕ ਲੱਖਾਂ ਦੇ ਪੁਆਇੰਟ ਦਾ ਵਾਅਦਾ ਕਰ ਗਿਆ ਜਿੱਦਾਂ ਮੈਂ ਪਹਿਲਾਂ ਆਖਿਆ ਆ ਖਿਡਾਰੀ ਦੇ ਪੁਆਇੰਟ ਜਿਹੜਾ ਧਾਵੀ ਦਾ ਕਿ ਬਾਪ ਤਕੜਾ ਖੇਡਿਆ ਪੁੱਤ ਦੀ ਹੈ ਚੜ੍ਹਤ ਬਈ ਪਾਉਂਦਾ ਏ ਰੇੜ ਨਾਲ ਪੂਰੀ ਉਹ ਮੜਕ ਬਈ ਦੁਨੀਆਂ ਤੇ ਛਾ ਹੋਇਆ ਪੁੱਤ ਪ੍ਰੀਤ ਭਲਵਾਨ ਦਾ ਬੱਚੇ ਬੱਚੇ ਦੀ ਜਵਾਨ ਉੱਤੇ ਨਾ ਸੁਲਤਾਨ ਦਾ ਨਾ ਸੁਲਤਾਨ ਦਾ ਪਰ ਦੂਜੇ ਪਾਸੇ ਭਿੰਡਰਾਂ ਵਾਲੇ ਸੁੱਕੇ ਨੂੰ ਕੌਣ ਨਹੀਂ ਜਾਣਦਾ ਬੰਦੇ ਹੁਣਾਂ ਦਾ ਪੇਂਡੂ ਹੈ ਸ਼ੀਰੇ ਹੁਣਾਂ ਦਾ ਪੇਂਡੂ ਹੈ ਮੇਰੇ ਵੀਰੋ ਵਜਿੰਦਰੇ ਹੁਣਾਂ ਦਾ ਪੇਂਡੂ ਆਇਆ ਪਰ ਕੈਰੋਂ ਵਾਲਾ ਗੋਪੀ ਇੱਕ ਲੱਖਾਂ ਨੰਗ ਜੋੜ ਚੁੱਕਿਆ ਸੰਦੀਪ ਸੁਲਤਾਨ ਦੀ ਕਬੱਡੀ ਹੈ ਪੰਜਾਬ ਦੇ ਵਿੱਚ ਨੌ ਸ਼ਮਸ਼ਪੁਰ ਪਿੰਡ ਹੈ ਪਰ ਤਿੰਨ ਸ਼ਮਸ਼ਪੁਰਾ ਕੱਲੇ ਮੇਰੇ ਵੀਰੋ ਪਟਿਆਲੇ ਦੇ ਵਿੱਚ ਹੈ ਜਦੋਂ ਤੱਕ ਟੁਕੜਾ ਸਾਹਿਬ ਦੇ ਮਾਘੀ ਮੇਲੇ ਤੇ ਹੋਈ ਤੇ ਦੁਨੀਆਂ ਨੇ ਸਵਾਦ ਲਿਆ ਸੀ ਅੱਜ ਫੇਰ ਉਹੀ ਟੱਕਰ ਹੋ ਗਈ ਹੈ ਧਾਵੀ ਦਾ ਸੰਦੀਪ ਸੁਲਤਾਨ ਕੇ ਪੱਟਾਂ ਦੇ ਨਾਲ ਪੱਟ ਨੇ ਖਿੰਦੇ ਦੌਲਿਆਂ ਨੂੰ ਕਿਤੇ ਹੱਥ ਨਹੀਂ ਪੈਂਦੇ ਕਿਹੜੇ ਪਿੰਡ ਦਾ ਕਬਰੂ ਲੋਕੀ ਉਂਗਲਾਂ ਕਰ ਕਰ ਪੁੱਛਦੇ ਆ ਜਦ ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਵਿੱਚ ਮੈਦਾਨੀ ਬੁੱਕਦੇ ਆ ਤੇ ਲੋਕੀ ਸਰਨਾਵੇ ਪੁੱਛਦੇ ਨੇ ਕਿਹੜੇ ਪਿੰਡ ਦਾ ਕਿਹੜੀ ਤਹਿਸੀਲ ਦਾ ਉਹ ਕਿਹੜੇ ਜ਼ਿਲ੍ਹੇ ਦਾ ਮੁੰਡਾ ਕਬੱਡੀ ਪਾ ਰਿਹਾ ਤੇ ਪਟਿਆਲੇ ਵਾਲਾ ਉਹ ਇਹਨੂੰ ਤਾਂ ਦੁਨੀਆਂ ਜਾਣਦੀ ਹੈ ਕਿ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਆ ਸੰਦੀਪ ਸੁਲਤਾਨ ਜੀ ਦਾ ਮੇਰੇ ਵੀਰੋ ਉਹਨਾਂ ਦੀ ਟੀਮ ਦੇ ਲਈ ਵੱਡਾ ਯੋਗਦਾਨ ਇਹਨਾਂ ਵੀਰਾਂ ਦਾ ਮਨੂ ਪਲੇਅਰ ਹੋਣਾ ਦਾ ਸੰਦੀਪ ਸੁਲਤਾਨ ਦੀ ਕਬੱਡੀ ਹੈ ਯਾਰੀ ਭਗਾਈ ਹੈ ਮੇਰੇ ਵੀਰੋ ਕਹਿੰਦੇ ਨਾਮ ਨਾਲ ਜੋੜ ਲਿਆ ਵੀ ਰਹਿੰਦੀ ਦੁਨੀਆਂ ਦੇ ਤੱਕ ਜਦੋਂ ਤੱਕ ਸੁਲਤਾਨ ਖੇਡੂਗਾ ਸੰਦੀਪ ਵੀ ਨਾਲ ਹੀ ਖੇਡੂਗਾ ਸੰਦੀਪ ਵੀ ਨਾਲ ਹੀ ਖੇਡੂਗਾ ਮੇਰੇ ਵੀਰੋ ਪਈ ਹੋਈ ਕਬੱਡੀ ਜੋਗਾ ਸਿੰਘ ਪ੍ਰਧਾਨ ਨੂੰ ਸ਼ਮਸ਼ਪੁਰੀ ਨੂੰ ਦੁਨੀਆਂ ਜਾਣਦੀ ਹੈ ਜਦੋਂ ਬਾਪ ਨੇ ਤਕੜੀ ਕਬੱਡੀ ਖੇਡੀ ਹੋਵੇ ਤੇ ਮੇਰੇ ਵੀਰੋ ਫਿਰ ਪੁੱਤ ਦਾ ਖਿਡਾਰੀ ਬਣਨਾ ਤੇ ਸੁਭਾਵਿਕ ਗੱਲ ਆ ਸੰਦੀਪ ਸੁਲਤਾਨ ਦੀ ਪਈ ਹੋਈ ਰੇਡ ਸ਼ੀਲੂ ਓ ਸ਼ੀਲੂ ਦੁਨੀਆਂ ਚਾਹੁੰਦੀ ਆ ਕੁਛ ਦੁਨੀਆਂ ਚਾਹੁੰਦੀ ਆ ਪਰ ਦੂਜੇ ਪਾਸੇ ਦੀਪਗੜੀਆ ਨੰਨੂ ਪੰਜਾਬ ਦੇ ਕੱਪਾਂ ਤੇ ਕਹਿੰਦੇ ਦੋਨੋਂ ਸ਼ਾਹਕੋਟ ਦੀ ਟੀਮ ਲਈ ਖੇਡਦੇ ਆ ਸੰਦੀਪ ਸੁਲਤਾਨ ਵੀ ਬਾਹਰ ਆਉਣਾ ਲਓ ਸੰਦੀਪ ਸੁਲਤਾਨ ਦੀ ਕਬੱਡੀ ਚਾਹਤ ਹੈ ਦੀਪਗੜੀਆ ਨੰਨੂ ਪਰਲੇ ਪਾਸੇ ਖੜਾ ਹੈ ਨਾਲ ਕਹਿੰਦੇ ਮੁੰਡਾ ਭਿੰਡਰਾ ਪਿੰਡ ਦਾ ਸੁੱਖ ਹੈ ਮੋਗੇ ਜ਼ਿਲ੍ਹੇ ਵਾਲਾ ਕਾਲਮ ਦੇ ਇਲਾਕੇ ਦਾ ਨਾਲ ਕਹਿੰਦੇ ਸਿਹਣੇ ਵਾਲਾ ਪਰ ਆਏ ਦੀਪਗੜੀਆ ਨੰਨੂ ਘਰ ਦਾ ਭੇਤੀ ਹੈ ਮੇਰੇ ਵੀਰੋ ਦੋਨੋਂ ਇੱਕੋ ਟੀਮ ਲਈ ਖੇਡਦੇ ਹੈ ਇੰਦਰਪਾਲ ਬਾਜਵਿਆਂ ਵਾਲੇ ਦੀ ਟੀਮ ਦੇ ਲਈ ਜਿਹੜੀ ਟੀਮ ਲਈ ਸਮੇਂ ਤੋਂ ਬਾਅਦ ਦੀ ਪਹਿਲੀ ਕਬੱਡੀ ਮੇਰੇ ਵੀਰੋ ਸੰਦੀਪ ਸੁਲਤਾਨ ਦੀ ਹੈ ਤੇ ਨਜ਼ਰਾਂ ਸ਼ੀਲੂ ਤੇ ਹੈ ਨਜ਼ਰਾਂ ਸ਼ੀਲੂ ਤੇ ਹੈ ਨਜ਼ਰਾਂ ਸ਼ੀਲੂ ਤੇ ਹੈ ਅੱਖਾਂ ਸੁਲਤਾਨ ਦੀਆਂ ਸ਼ੀਲੂ ਤੇ ਆ ਤੇ ਦੂਜੇ ਪਾਸੇ ਭਿੰਡਰਾਂ ਵਾਲਾ ਸੁੱਖਾ ਕੋਸ਼ਿਸ਼ ਤੇ ਕਰਦਾ ਬੰਤੇ ਹੁਣਾਂ ਦਾ ਪੇਂਡੂ ਹੈ ਮੇਰੇ ਵੀਰੋ ਬੰਤੇ ਹੁਣਾਂ ਦਾ ਪੇਂਡੂ ਹੈ ਅਗਲਾ ਸੈਮੀ ਜਾਂ ਲੋਕੋ ਹੁੰਦੀ ਖੱਖਾਂ ਦੀ ਸੰਦੀਪ ਸੁਲਤਾਨ ਫਸਿਆ ਹੋਇਆ ਹੈ ਅਮਰੀਕਾ ਤੋਂ ਗਿਆ ਨੰਗ ਲੰਬੀਆਂ ਦੇ ਕੱਪ ਤੇ 14 ਮਾਰਚ ਨੂੰ ਤੇ ਫਿਰ ਇੰਡੀਆ ਤੋਂ ਚੜਾ ਆਸਟ੍ਰੇਲੀਆ ਦੀ ਫਲਾਈਟ ਲੈ ਕੇ ਏਅਰ ਇੰਡੀਆ ਮੇਰੇ ਵੀਰੋ ਦੂਜੇ ਪਾਸੇ ਸਹਿਣੇ ਪਿੰਡ ਦਾ ਜੋਧਾ ਕੋਸ਼ਿਸ਼ ਕਰਦਾ ਹੈ ਜਿਹੜੇ ਜਿਹੜੇ ਸੰਦੀਪ ਸੁਲਤਾਨ ਨੂੰ ਪਿਆਰ ਕਰਦੇ ਆ ਤਾੜੀ ਬਾਰੇ ਕੀ ਖਿਆਲ ਆ ਦੁਨੀਆ ਪਿਆਰ ਕਰਦੀ ਹੈ ਮੇਰੇ ਵੀਰੋ ਕਵੀ ਸੰਦੀਪ ਸਿਆ ਸੁਲਤਾਨ ਸਿਆ ਇਹ ਪਿਆਰ ਕਰਮਾ ਵਾਲਿਆਂ ਨੂੰ ਮਿਲਦਾ ਤੇ ਤੂੰ ਮੁੰਡਿਆ ਕਰਮਾ ਵਾਲਾ ਜਿਹੜਾ ਤੈਨੂੰ ਇੰਨਾ ਪਿਆਰ ਦੁਨੀਆ ਕਰਦੀ ਹੈ ਲੋਕ ਕਰੋੜਾਂ ਕਰੋੜਾਂ ਡਾਲਰ ਲੱਖਾਂ ਜਿਹੜਾ ਇਹ ਗਾਦੀ ਤੇਰੀ ਦੇ ਮਣ ਕੇ ਹੁਣ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ ਸ਼ੀਲੂ ਹੁਣ ਟੱਕਰਾਂਗੇ ਪਰ ਸੰਦੀਪ ਸੁਲਤਾਨ ਸਿਆ ਲਾ ਕੇ ਮੇਰੇ ਵੀਰੋ ਪਦ ਕੌਮ ਕੁਲਤਾਰ ਸੈਣੀ ਹੋਣਾ ਹੋ ਜਾਣੀਆਂ ਸਨ ਪਰ ਕੁਝ ਰੰਝੇਵੇ ਨੇ ਨਹੀਂ ਪੁੱਜ ਸਕਿਆ ਨਵੀਂ ਤੀਰ ਸਟਵਾਲ ਦੇਖ ਮੁੰਡਿਆ ਐਨ ਸੰਦੀਪ ਸੁਲਤਾਨ ਦੀ ਪਈ ਹੋਈ ਰੇਡ ਕਹਿੰਦੇ ਹਰਪ੍ਰੀਤ ਰਾਏ ਸਰੀ ਨੂੰ ਵੀ ਨਿਊਜ਼ੀਲੈਂਡ ਦੇ ਕੀ ਸੱਜਣਾ ਮੁੰਡਾ ਗੱਲਾਂ ਵੱਖਰੀਆਂ ਹੋ ਜਾਣਗੀਆਂ ਸਿੱਖ ਗੇਮਾਂ ਨਿਊਜ਼ੀਲੈਂਡ ਦੀਆਂ ਨਿਊਜ਼ੀਲੈਂਡ ਦੇ ਕਬੱਡੀ ਕੱਪ ਨਿਊਜ਼ੀਲੈਂਡ ਦੇ ਸੀਜ਼ਨ ਕਬੱਡੀਆਂ ਪਾਉਂਦਾ ਫੇਰ ਫੇਰ ਕੇ ਕਬੱਡੀਆਂ ਪਾਉਂਦਾ ਰੋ ਜੀ ਫੇਰ ਫੇਰ ਕੇ ਪੁਆਇੰਟ ਮੇਰੇ ਵੀਰੋ 25 ਤੇ 27.5 ਆ
ਸਾਡੇ 27 ਮੇਰੇ ਵੀਰੋ ਪਿੱਟੂ ਤਗਾਲ ਵਾਲਿਆਂ ਦੇ ਆ ਲਵੀ ਸੁਲਤਾਨ ਜੇ ਮੋੜਨੀ 26 ਹੋ ਜਾਣੇ ਆ ਜੇ ਸ਼ੀਲੂ ਨੇ ਜੱਫਾ ਲਾ ਦਿੱਤਾ ਸਾਡੇ 28 ਹੋ ਜਾਣੇ ਆ ਟੱਕਰ ਸਿਰੇ ਦੀ ਆ ਭੇਡ ਦੋਨਾਂ ਨੌਜਵਾਨਾਂ ਦਾ ਸਿੰਘ ਸਭਾ ਦੇ ਪੇਲੇ ਤੇ ਲਓ ਹੁਣ ਮੈਚ ਫਸ ਗਿਆ ਹੁਣ ਮੈਚ ਫਸ ਗਿਆ ਕਿਤੇ ਆ ਵੱਲ ਵੇਖੀਏ ਤੇ 27 ਤੇ 29 ਜਿਦਾ ਕਹਿੰਦੇ ਨੇ 19-21 ਦੀ ਗੱਲ ਹੈ ਨਾ ਇਹ 27-29 ਦੀ ਆ ਪਰ ਆਹ ਤੇ ਮੈਨੂੰ ਲੱਗਦਾ ਸ਼ੋਰ ਹੀ ਆ ਆ ਜੱਟ ਤੇ ਸ਼ੋਰ ਹੀ ਕਬੱਡੀ ਪਾਉਂਦਾ ਹੈ ਸ਼ੋਰ ਕਹਿੰਦੇ ਸੰਦੀਪ ਸੁਲਤਾਨ ਰਾਮਪਾਲ ਸੰਦੀਪ ਰਾਮ